ਕਿਸਾਨ ਦੋਸਤੋ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਜੋ ਮੁੱਖ ਮੇਲਾ ਹੈ 14 ਤੇ 15 ਸਤੰਬਰ 2023 ਨੂੰ ਜਿਹੜੀ ਤਰੀਕ ਆਉਣ ਵਾਲੀ ਹੈ ਤਾਂ ਫਿਰ ਆਪਣੀ ਕੋਸ਼ਿਸ਼ ਹੁੰਦੀ ਹੈ ਕਿ ਕਣਕ ਦਾ ਨਵਾਂ ਬੀਜ ਤੋਂ ਖਰੀਦ ਕੇ ਲਿਆਂਦਾ ਜਾਵੇ ਤਾਂ ਇਸ ਵੀਡੀਓ ਦੇ ਵਿੱਚ ਮੈਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦਾ ਜਿਹੜਾ ਕਣਕ ਦਾ ਨਵਾਂ ਬੀ ਹੈ ਪੀਬੀਡਬੀ 826 ਇਹਦੇ ਬਾਰੇ ਗੱਲ ਕਰਦਾ ਹਾਂ ਜੋ ਸਾਡੇ ਫੀਲਡ ਟ੍ਰਾਇਲ ਨੇ ਜੋ ਯੂਨੀਵਰਸਿਟੀ ਦੇ ਟ੍ਰਾਇਲ ਨੇ ਜੋ ਕਿਸਾਨਾਂ ਵਾਲੀ ਫੀਡਬੈਕ ਹੈ ਉਹਦੇ ਵਿੱਚ ਇਸ ਵੈਰੈਟੀ ਨੇ ਚੰਗਾ ਮਾਰਕਾ ਮਾਰਿਆ ਹੈ ਤਾਂ ਫਿਰ ਤਿਆਰ ਹੋ ਜਾਓ 14 ਤੇ 15 ਸਤੰਬਰ 2030 ਨੂੰ ਮਿਲੇ ਤੇ ਜਾਣ ਲਈ ਘਰੋਂ ਸਵੇਰੇ 4 ਵਜੇ ਨਿਕਲ ਜਾਣਾ ਹੈ ਤੇ ਜਾ ਕੇ ਲਾਈਨ ਚ ਲੱਗ ਕੇ ਯੂਨੀਵਰਸਿਟੀ ਦੇ ਅੰਦਰੋਂ ਬੀ ਲਓ ਇਹ ਨਹੀਂ ਹੈਗਾ ਕਿ ਅੰਦਰ ਲਾਈਨ ਲੱਗਣਾ ਨਹੀਂ ਬਾਹਰੋਂ ਮੈਂ ਲੈ ਲਿਆ ਮੈਂ ਨਹੀਂ ਕਰਾਂ ਬਾਹਰੋਂ ਬੜਾ ਮਾੜਾ ਮਿਲਦਾ ਬੀ ਅੰਦਰੋਂ ਲਾਈਨ ਦੀ ਕੋਸ਼ਿਸ਼ ਕਰੋ ਪਹਿਲ ਦਿਓ ਅੰਦਰੋਂ ਲੈਣ ਦੀ ਠੀਕ ਹੈ ਤਾਂ ਅਗਲੀ ਗੱਲ ਕਰੀਏ ਇਹਦੇ ਗੁਣਾਂ ਦੇ ਬਾਰੇ ਭਈ ਮੈਨੂੰ ਮੈਂ 2 ਸਾਲ ਆਪਣੇ ਖੇਤ 'ਚ ਇਹ ਵੈਰੈਟੀ ਲਾ ਚੁੱਕਾ ਹਾਂ ਪਿਛਲੇ ਸਾਲ ਕਈ ਸਾਰੇ ਕਿਸਾਨਾਂ ਨੂੰ ਇਹਦਾ ਬੀ ਵੀ ਵੰਡਿਆ ਸੀ ਤਾਂ ਸਭ ਜਗ੍ਹਾ ਤਾਂ ਰਿਜ਼ਲਟ ਇਹਦੇ ਚੰਗੇ ਆਈ ਨਹੀਂ ਤਾਂ ਸਭ ਤੋਂ ਪਹਿਲੀ ਗੱਲ ਆਪਾਂ ਜੇਕਰ ਇਹਦੇ ਗੁਣਾਂ ਦੀ ਗੱਲ ਕਰਦੇ ਆਂ ਤਾਂ ਛਾੜ ਦੀ ਆਪਾਂ ਗੱਲ ਕਰ ਲਈਏ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਅਨੁਸਾਰ ਇਸ ਵੈਰੈਟੀ ਨੇ ਜਿਹੜੀ ਆਲ ਇੰਡੀਆ ਰਿਸਰਚ ਟ੍ਰਾਇਲ ਹੁੰਦੀ ਹੈ ਉਹਦੇ ਵਿੱਚ ਪਿਛਲੇ 3 ਸਾਲਾਂ ਦੇ ਵਿੱਚ ਲਗਾਤਾਰ ਨੰਬਰ 1 ਹੀ ਰਹੀ ਹੈ ਅੱਛਾ ਕੇਵਲ ਇਹ ਕਿ ਨਾਰਥ-ਵੈਸਟ ਯੋਚ ਨਹੀਂ ਹੈਗੀ ਲੇਕਿਨ ਦੂਸਰੇ ਪਾਸੇ ਵੀ ਰਿਜ਼ਲਟ ਚੰਗੇ ਰਹੇ ਆ ਕਹਿੰਦਾ ਮਤਲਬ ਇਹ ਹੈ ਕਿ ਇਹ ਕਣਕ ਦੀ ਵੈਰੈਟੀ ਉਹ ਹੈ ਜਿਹੜੀ ਜੰਮੂ ਤੋਂ ਲੈ ਕੇ ਕਲਕੱਤੇ ਤੱਕ ਸਾਰੀ ਜਗ੍ਹਾ ਤੇ ਲਗਾਈ ਜਾ ਸਕਦੀ ਹੈ ਝਾੜ ਵਧੀਆ ਦਿੰਦੀ ਹੈ ਅੱਗੇ ਇੱਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਵੈਰੈਟੀ ਸੀਗੀ ਪੀਬੀਡਬੀਡਬੀ 343 343 ਵਾਂਗੀ ਇਹ ਜਿਹੜਾ ਹੈਗਾ ਜੰਮੂ ਤੋਂ ਲੈ ਕੇ ਕਲਕੱਤੇ ਤੱਕ ਪੂਰਾ ਝਾੜ ਦਿੰਦੀ ਹੈ ਤਾਂ ਜੇ ਝਾੜ ਦੀ ਗੱਲ ਕਰੀਏ ਤਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਅਨੁਸਾਰ ਇਹਦਾ 30 86 ਦੇ ਨਾਲੋਂ 15% ਝਾੜ ਵਧਰਿਆ 29 سٹارٹ دے نال 31.6 پرسنٹ ਝਾੜ ਵਧ ਰਿਹਾ 187 ਦੇ ਨਾਲ 8.7 پرسنٹ ਝਾੜ ਵਧ ਰਿਹਾ 222 ਨਾਲ 4.4 پرسنٹ ਝਾੜ ਵਧ ਰਿਹਾ باقی ਜੇ ਤੁਸੀਂ ਦੀ اوسط ਝਾੜ ਕਰੋਗੇ ਤਾਂ اوسط ਝਾੜ 24 ਕੁਇੰਟਲ مطلب کہ 60 ਮਾਨ ਪ੍ਰਤੀ ਕਿੱਲਾ ਪੋਟੈਂਸ਼ੀਅਲ ਈਲਡ ਜਿਹਨੂੰ ਅਸੀਂ ਵੱਧ ਤੋਂ ਵੱਧ ਝਾੜ ਕੇ ਨੇ 33 ਕੁਇੰਟਲ ਪ੍ਰਤੀ ਕਿੱਲਾ مطلب کہ 82-83 ਮਾਨ ਦੇ ਲਗਭਗ ਤਾਂ ਫਿਰ ਤੁਸੀਂ ਕਹਿ ਸਕਦੇ ਹੋ ਕਿ ਇਹ ਵੈਰੈਟੀ 60 ਤੋਂ ਲੈ ਕੇ 82-83 ਮੰਤਕ ਤੱਕ ਝਾੜ ਦੇ ਸਕਦੀ ਜੇਕਰ ਸਭ ਕੁਝ ਨੂੰ ਸਹੀ ਮਿਲੇ ਤਾਂ ਕਿਸਾਨੇ ਤੋਂ ਕੁਛ ਨਹੀਂ ਕਿਸਾਨਾਂ ਨੂੰ ਬਹੁਤ ਵਧੀਆ ਰਿਜ਼ਲਟ ਮਿਲੇ ਨੇ ਪਿਛਲੇ ਸਾਲ ਤਾਂ ਇਹ ਵੈਰੈਟੀ ਜਿਹੜੀ ਹੈਗੀ ਹੈ ਪੀਲੀ ਕੁੰਗੀ ਦਾ ਕਾਫੀ ਹੱਦ ਤੱਕ ਟਕਰਾ ਕਰ ਸਕਦੀ ਏ ਭੂਰੀ ਕੁੰਗੀ ਰਹਿਤ ਹੈ ਕੱਦ ਇਹਦਾ 100 ਸੈਂਟੀਮੀਟਰ ਹੈ ਆਪਣੀ ਜਿਹੜੀ 29 ਸਟਾਰਟ ਹੈਗੀ ਹੈ ਉਹਦਾ 101 ਸੈਂਟੀਮੀਟਰ ਕੱਦ ਹੁੰਦਾ ਹੈ ਤਾਂ 29 ਸਟਾਰਟ ਤੋਂ 1 ਸੈਂਟੀਮੀਟਰ ਘੱਟ ਕੱਦ ਪੱਕਣ ਦਾ ਸਮਾਂ 148 ਦਿਨ ਲੈਂਦੀ ਹੈ 30 80 ਵੀ 148 ਦਿਨ ਲੈਂਦੀ 30 80 ਜਨੇ ਦੇਣੀ ਲੈਂਦੀ ਹੈ ਇਹ ਦਾਣਾ ਮੋਟਾ ਹੁੰਦਾ ਚੰਕਦਾਰ ਹੁੰਦਾ 1000 ਦਾਣੇ ਦਾ ਵਜ਼ਨ 44 ਗ੍ਰਾਮ ਹੁੰਦਾ ਹੈ ਗਰਮੀ ਦਾ ਅਸਰ ਘੱਟ ਹੁੰਦਾ ਹੈ ਤੇ ਮੈਂ ਇਹ ਕਹਿ ਦਿਆਂ ਕਿ ਗਰਮੀ ਨੂੰ ਇਹ ਬਾਈਪਾਸ ਕਰਦੀ ਹੈ ਕਿਉਂਕਿ ਜਿੱਥੇ ਦੂਸਰੀਆਂ ਕਿਸਮਾਂ ਵੱਧ ਟਾਈਮ ਲੈਂਦੀਆਂ ਇਹ ਦੂਜੀਆਂ ਕਿਸਮਾਂ ਦੇ ਨਾਲੋਂ ਇੱਕ ਹਫ਼ਤਾ ਪਹਿਲਾਂ ਪੱਕੇ ਤਿਆਰ ਹੋ ਜਾਂਦੀ ਹੈ ਤਾਂ ਜਿਹਦੇ ਕਰਕੇ ਗਰਮੀ ਦਾ ਅਸਰ ਇਹ ਤੇ ਘੱਟ ਪੈਂਦਾ ਤੇ ਗਰਮੀ ਦੇ ਬਾਵਜੂਦ ਵੀ ਇਹਦੇ ਦਾਣੇ ਜਿਹੜੇ ਹੈਗੇ ਮੋਟੇ ਰਹਿੰਦੇ ਐ ਤਾਂ ਇਹ ਵੈਰੈਟੀ ਗਰਮੀ ਨੂੰ ਹਸਾਹਾਰਦੀ ਵੀ ਅਤੇ ਗਰਮੀ ਨੂੰ ਬਾਈਪਾਸ ਵੀ ਕਰਦੀ ਹੈ। ਬੂਟਾ ਚੰਗਾ ਮਾਰਦੀ ਹੈ ਤੇ ਪਿਛਲੇ ਸਾਲ ਦੇਖਣ ਚ ਆਇਆ ਕਿ ਇਹ ਵੈਰੈਟੀ ਡਿੱਗੀ ਨਹੀਂ ਯਾਰ। ਮਤਲਬ ਕਿ ਬਹੁਤ ਕੱਢ ਗਈ। ਜਿਉ ਖੇਤ ਦੇਖ ਰਹੇ ਹੋ ਮੇਰਾ ਖੇਤ ਹੀ ਇਹ ਕਿ ਇਹ ਡਾਂਗ ਵਾਂਗੂ ਖੜੀ ਰਹੀ। ਬੂਟੇ ਚੰਗੇ ਸੀ ਤੇ ਬਹੁਤ ਘੱਟ ਡਿੱਗੀ ਤੇ ਇਹਦੇ ਨਾਲ ਸਾਨੂੰ ਸਭ ਨੂੰ ਪਤਾ ਹੀ ਹੈ ਜੇ ਕਣਕ ਡਿੱਗੇ ਨਾ ਤਾਂ ਫਿਰ ਉਹਦਾ ਝਾੜ ਦੂਜੀ ਕਣਕ ਨਾਲ ਵਧ ਹੀ ਜਾਂਦਾ ਹੁੰਦਾ ਹੈ ਤੇ ਨਾਲ ਜਿਹੜਾ ਹੈਗਾ ਉਹਦੇ ਵਿੱਚ ਇੱਕ ਚੀਜ਼ ਹੋਰ ਹੁੰਦੀ ਹੈ ਕਿ ਤੂੜੀ ਦੀ ਕੁਆਲਿਟੀ ਵੀ ਵਧੀਆ ਰਹਿੰਦੀ ਹੈ। ਤਾਂ ਕੁੱਲ ਮਿਲਾ ਕੇ ਇਹ ਜਿਹੜੀ ਵੈਰੈਟੀ ਹੈ ਇੱਕ ਚੰਗੀ ਵੈਰੈਟੀ ਹੈ ਤਾਂ ਬੇਨਤੀ ਕਰਾਂਗੇ ਕਿ ਯੂਨੀਵਰਸਿਟੀ ਦੇ ਵਿੱਚੋਂ ਵੀ ਖਰੀਦਣ ਦੀ ਪਹਿਲ ਦੇਣਾ ਤੇ ਅਗਲੀ ਗੱਲ ਇਹ ਜਿਹੜੀ ਵੈਰੈਟੀ ਹੈਗੀ ਹੈ ਇਹਨੂੰ ਸਹੀ ਟਾਈਮ ਤੇ ਬਿਜਾਈ ਕਰ ਸਕਦੇ ਹਾਂ ਮਤਲਬ ਕਿ 25 ਅਕਤੂਬਰ ਤੋਂ ਲੈ ਕੇ ਸਾਰਾ ਨਵੰਬਰ ਭਾਵੇਂ ਰੀ ਬਿਜਾਈ ਕਰੀ ਜਾਓ ਕੋਈ ਦਿੱਕਤ ਨਹੀਂ ਆਇਆ ਤਾਂ ਪਿਛਲੇ ਸਾਲ ਮੇਰੇ ਕੁਝ ਕਿਸਾਨ ਸਾਥੀਆਂ ਨੇ ਇਹਨੂੰ ਦਸੰਬਰ ਦੇ ਪਹਿਲੇ ਹਫ਼ਤੇ ਵਿੱਚ ਕੇ ਝਾੜ ਚੰਗਾ ਲੈ ਲਿਆ ਪਰੰਤੂ ਜੇ ਤੁਸੀਂ ਚੰਗਾ ਝਾੜ ਲੈਣਾ ਹੈ ਤਾਂ 15 ਨਵੰਬਰ ਤੋਂ ਬਾਅਦ ਝਾੜ ਦੇ ਵਿੱਚ ਹੌਲੀ-ਹੌਲੀ ਘਟਨਾ ਸ਼ੁਰੂ ਹੋ ਜਾਏਗਾ ਇਹ ਚੀਜ਼ ਦਾ ਧਿਆਨ ਰੱਖਿਓ ਜੋ ਤਾਂ ਅਸੀਂ 10 ਤੋਂ 15 ਨਵੰਬਰ ਦੇ ਵਿਚਾਲੇ ਉਚਾਲੀ ਉਚਲੇਰੀ ਬਿਜਾਈ ਖਤਮ ਕਰਨੀ ਹੈ ਕਈ ਕਿਸਾਨ ਵੀਰਾਂ ਦੇ ਖੇਤ ਜਲਦੀ ਵੇਲੇ ਹੋ ਜਾਂਦੇ ਨੇ ਕਿਸਾਨ ਵੀਰ 15 ਅਕਤੂਬਰ 20 ਅਕਤੂਬਰ ਨੂੰ ਬੀਜਾਂ ਨੂੰ ਤਰਜੀਹ ਦਿੰਦੇ ਆ ਤਾਂ ਇਹ ਵੈਰੈਟੀ ਕਿਸੇ ਵੀ ਹੱਦ ਹੱਦ ਦੇ ਵਿੱਚ ਕਿਸੇ ਵੀ ਕਾਰਨ 25 ਅਕਤੂਬਰ ਤੋਂ ਪਹਿਲਾਂ ਨਹੀਂ ਬੀਜਣੀ 25 ਅਕਤੂਬਰ ਤੋਂ ਪਹਿਲਾਂ ਬੀਜੋਗੇ ਤਾਂ ਤੁਹਾਡਾ ਨੁਕਸਾਨ ਹੋਏਗਾ ਬਾਕੀ ਆ ਧਿਆਨ ਰੱਖਿਓ ਜੋ ਕਿ ਆਕਤਰੀ ਆਲਦੀਨੋਈ ਆ ਰਹਿ ਫਰਵਰੀ ਤੱਕ ਆਲਦੀਨੋ ਦਾ ਪ੍ਰਭਾਵ ਰਹੇਗਾ ਜਿਹਦੇ ਕਰਕੇ ਸ਼ੁਰੂਆਤੀ ਟਾਈਮ 'ਚ ਗਰਮੀ ਵੀ ਪੈ ਸਕਦੀ ਹੈ ਤਾਂ ਜੇ ਬਹੁਤੀ ਗੇਤੀ ਵਿੱਚ ਤੇ ਨਾਲੀ ਚੜਜੂਗੀ ਉਹ ਨੁਕਸਾਨ ਹੋ ਜਾਏਗਾ ਤੁਹਾਡਾ ਤਾਂ ਇਸ ਕਰਕੇ ਸਹੀ ਟਾਈਮ ਦੇ ਵਿੱਚ ਵਿੱਚੋ ਤੇ ਸਹੀ ਤਰੀਕੇ ਦੇ ਨਾਲ ਬੀਜ ਇਹਦਾ ਸੋਧ ਕੇ ਵੀਜੋ ਇੱਕ ਵਧੀਆ ਕਿਸਮ ਹੈ ਵਧੀਆ ਝਾੜ ਦੇ ਸਕਦੀ ਹੈ ਰੋਟੀ ਦੀ ਕੁਆਲਿਟੀ ਬੜੀ ਵਧੀਆ ਹੈ ਤੇ ਜ਼ਮੀਨਾਂ ਦੀ ਗੱਲ ਹੁੰਦੀ ਹੈ ਕਿ ਕਿਹੜੀ ਜ਼ਮੀਨ ਚ ਹੋਗੀ ਪਹਾੜ ਵਾਲੀ ਜ਼ਮੀਨ ਚ ਹੋਗੀ ਚੀਕਨੀ ਚ ਹੋਊਗੀ ਰੇਤਲੀ ਚ ਹੋਊਗੀ ਇਹ ਸਾਰੀਆਂ ਜ਼ਮੀਨਾਂ 'ਚ ਹੋ ਜਾਂਦੀ ਹੈ ਚਾਹੇ ਥੋੜੀ ਚੀਕਣੀ ਜ਼ਮੀਨ ਹੈ ਚਾਹੇ ਥੋੜੀ ਰੇਤਲੀ ਜ਼ਮੀਨ ਹੈ ਚਾਹੇ ਭਾਲ ਵਾਲੀ ਜ਼ਮੀਨ ਹੈ ਚਾਹੇ ਮੈਹਰਾ ਹੈ ਜੋ ਵੀ ਜ਼ਮੀਨ ਹੈ ਹਰ ਕਿਸ ਜ਼ਮੀਨ ਦੇ ਵਿੱਚ ਇਹ ਵੈਰੈਟੀ ਵਧੀਆ ਤਰੀਕੇ ਨਾਲ ਰਹਿ ਸਕਦੀ ਹੈ ਪਿਛਲੇ ਸਾਲ ਕਿਸਾਨਾਂ ਦਾ ਜਿਹੜਾ ਝਾੜ ਸੀ ਬਹੁਤ ਵਧੀਆ ਰਿਹਾ ਹੈ ਦਾਣਾ ਇਹਦਾ ਮੋਟਾ ਹੈ ਬਾਕੀ ਝਾੜ ਦੇ ਉੱਪਰ ਮੈਂ ਇੱਕ ਅਲੱਗ ਤੋਂ ਵੀਡੀਓ ਬਣਾਵਾਂਗਾ ਤਾਂ ਉਸ ਵੀਡੀਓ 'ਚ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਾਂਗਾ ਕਿ ਕਿਹੜੀ-ਕਿਹੜੀ ਵੈਰੈਟੀ ਨੇ ਕਿੰਨਾ ਝਾੜ ਦਿੱਤਾ ਤਾਂ ਕਿਉਂਕਿ ਮੇਲਾ ਨੇੜੇ ਹੈ ਇਸ ਕਰਕੇ ਮੈਂ ਬੇਨਤੀ ਕਰਾਂਗਾ ਕਿ ਹਰ ਇੱਕ ਕਿਸਾਨ ਇਸ ਵੈਰਟੀ ਦਾ ਜਿਹੜਾ ਹੈਗਾ ਬੀ ਲੈ ਕੇ ਆਵੇ ਤੇ ਥੋੜਾ ਥੋੜਾ ਆਪਦੇ ਖੇਤ ਚ ਕਰਕੇ ਟਾਇਲ ਕਰੇ ਜਿਹੜੇ ਕਿਸਾਨਾਂ ਨੇ ਪਿਛਲੇ ਸਾਲ ਖੇਤਾਂ ਦੇ ਵਿੱਚ ਲਾ ਲਈ ਹੈ ਉਹ ਕਿਸਾਨ ਜਿਹੜਾ ਹੈਗਾ ਐਕਟਰੀਆ ਦਾ ਆਪਦਾ ਝਾੜ ਦੇਖ ਕੇ ਨੂੰ ਵਧਾ ਸਕਦੇ ਆ ਬਸ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਅੰਦਰੋਂ ਬੀਜ ਖੇਜਣ ਨੂੰ ਖਰੀਦਣ ਨੂੰ ਤਰਜੀਹ ਦੇਣ ਹਾਂ ਜੇ ਉੱਥੋਂ ਨਹੀਂ ਮਿਲਦਾ ਤਾਂ ਫਿਰ ਤੁਸੀਂ ਜਿੱਥੋਂ ਵੀ ਤੁਹਾਡਾ ਪਾਇਦਾਰ ਜਿਹੜੀ ਹੈ ਜਿਸ ਬੰਦੇ ਤੇ ਤੁਹਾਨੂੰ ਵਿਸ਼ਵਾਸ ਹੈ ਉਸ ਬੰਦੇ ਤੋਂ ਬੀਜ ਖੇਜਣ ਨੂੰ ਤਰਜੀਹ ਦਿਓ ਜੋ ਇਹ ਨਹੀਂ ਹੈਗਾ ਕਿ ਅਸੀਂ ਜਿਹੜਾ ਕਿਸੇ ਅਣਜਾਣ ਬੰਦੇ ਤੋਂ ਜਾ ਕੇ ਬੀ ਖਰੀਦ ਲਈਏ ਮੜ ਕੇ ਬੀ ਡੁਪਲੀਕੇਟ ਮਿਲ ਜਾਏ ਤੇ ਮੜ ਕੇ ਜਿਹੜਾ ਹੈਗਾ ਨੁਕਸਾਨ ਹੋਵੇ ਇਹ ਵੀ ਨਹੀਂ ਕਰਨਾ ਕਿ ਅਸੀਂ ਜਿਹੜਾ ਹੈਗਾ ਹਵਾ ਬਣਾ ਦਈਏ ਨੇਰੀ ਲਿਆ ਦਈਏ ਵੈਰਾਈਟੀ ਦੀ ਕਿ ਡੁਪਲੀਕੇਟ ਬੀ ਮਿਲਣਾ ਸ਼ੁਰੂ ਕਰ ਦੇਗਾ ਤਾਂ ਦੋਸਤੋ ਫੇਰ ਮਿਲਦੇ ਹਾਂ ਮੇਲੇ ਦੇ ਵਿੱਚ ਤੇ ਵੈਰਾਈਟੀ ਦੇ ਟਰਾਇਲ ਕਰਦੇ ਹਾਂ ਤੇ ਸਾਰੇ ਜਣੇ ਆਪਣਾ ਆਪਣਾ ਜਿਹੜਾ ਹੈਗਾ ਇਹਦਾ ਰਿਜ਼ਲਟ ਦੱਸਣਗੇ ਜਿਹੜੇ ਕਿਸਾਨਾਂ ਨੇ ਪਿਛਲੇ ਸਾਲ ਇਹ ਵੈਰਾਈਟੀ ਬੀਜੀ ਸੀ ਜਿਨ੍ਹਾਂ ਨੂੰ ਆਪਾਂ ਜਿਹੜਾ ਹੈਗਾ ਕੁਝ ਆਪਣੇ ਕੋਲੇ ਫ੍ਰੀ ਟਰਾਇਲ ਆਈ ਸੀ ਉਹ ਵੰਡੇ ਸੀਗੇ ਤਾਂ ਉਹਨਾਂ ਨੂੰ ਬੇਨਤੀ ਹੈ ਕਿ ਇੱਕ ਤਾਂ ਇਸ ਵੀਡੀਓ ਦੇ ਕਮੈਂਟ ਦੇ ਵਿੱਚ ਆਪ ਦਾ ਝਾੜ ਕਲੀਅਰ ਕਰਕੇ ਲਿਖਣ ਦੂਸਰਾ ਇਹ ਬੀਜ ਜਿਵੇਂ ਤੁਹਾਡੇ ਤੋਂ ਵਾਅਦਾ ਲਿਆ ਗਿਆ ਸੀ ਕਿ ਨਾਲ ਦੇ ਕਿਸਾਨਾਂ ਨੂੰ ਕਣਕ ਦੇ ਭਾਅ ਦੇ ਉੱਤੇ ਵੰਡਣ ਤਾਂ ਕਿ ਕਿਸਾਨਾਂ ਤੱਕ ਉਹ ਬੀਜ ਪਹੁੰਚ ਸਕੇ ਬਾਕੀ ਆਮ ਚਾਣਨ ਨੂੰ ਮੈਂ ਫੇਰ ਬੇਨਤੀ ਕਰਦਾ ਹਾਂ ਕਿ ਮੇਲੇ 'ਚ ਹਮ ਹਮਾ ਕੇ ਪਹੁੰਚੋ ਮੇਲੇ ਦੇ ਵਿੱਚੋਂ ਤੇ ਖੇਤੀ ਵਿਗਿਆਨ ਕੇਂਦਰਾਂ ਦੇ ਵਿੱਚੋਂ ਜਿਹੜੇ ਹੈਗੇ ਆ ਬੀਜ ਖਰੀਦਣ ਨੂੰ ਤਰਜੀਹ ਦਿਓ ਜਿਹੜੀ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਆਪਣੀ ਜਿਹੜੀ ਹੈਗੀ ਦੁਕਾਨ ਹੈ ਉਸ ਤੋਂ ਉੱਥੋਂ ਤੁਹਾਨੂੰ 100% ਗਾਰੰਟੀਸ਼ੁਦਾ ਤਸल्ली बख्ਸ਼ ਬੀਜ ਮਿਲੇਗਾ ਇਸ ਤੋਂ ਬਾਅਦ ਦੇਵੇ ਜੇ ਤੁਹਾਨੂੰ ਉਥੋਂ ਬੀਜ ਨਹੀਂ ਮਿਲਦਾ ਤਾਂ ਤੁਸੀਂ ਫਿਰ ਆਪਣਾ ਉਸ ਜਗ੍ਹਾ ਤੋਂ ਖਰੀਦੋ ਜਿਸ ਦੇ ਉੱਪਰ ਤੁਹਾਨੂੰ ਪੂਰਨ ਤੌਰ ਤੇ ਵਿਸ਼ਵਾਸ ਹੈ ਬਹੁਤ ਸਾਰੀਆਂ ਵੀਡੀਓ ਆਉਣੀਆਂ ਮੇਰੇ ਕੋਲੇ ਵੀ ਪਿਆ ਹੈ ਫਲਾਣੇ ਬੰਦੇ ਕੋਲੇ ਵੀ ਹੈਗਾ ਉਹਦੇ ਤੋਂ ਲੈ ਲਓ ਇਹਨਾਂ ਚੀਜ਼ਾਂ ਤੇ ਜ਼ਿਆਦਾ ਭਰੋਸਾ ਨਾ ਕਰਨਾ ਤੇ ਇੱਕ ਸਬਰ ਤੋਂ ਕੰਮ ਲੈਣਾ ਨਵਾਂ ਬੀਜ ਟੇਰੀਆ ਚ ਟਰਾਈ ਕਰਨਾ ਅਗਲੇ ਸਾਲ ਬਦਾਲਾਂਗੇ ਕਿਉਂਕਿ ਕਿਸਾਨ ਦਾ ਇਹ ਜਿਹੜੀ ਸੋਚ ਹੈ ਕਿ ਮੈਂ ਪਹਿਲੇ ਸਾਲ ਹੀ ਵੱਧ ਤੋਂ ਇਹ ਏਰੀਆ ਵੈਰਾਈਟੀ ਥੱਲੇ ਲੈ ਲਵਾਂ ਤਾਂ ਉਹਦੇ ਨਾਲ ਬਾਜ਼ਾਰ ਦੇ ਵਿੱਚ ਇੱਕ ਮੌਲ ਇਹੋ ਜਿਹਾ ਬਣਦਾ ਹੈ ਕਿ ਬੀਜ ਦੀ ਡਿਮਾਂਡ ਇੱਕਦਮ ਵੱਧ ਜਾਂਦੀ ਹੈ ਤੇ ਫਿਰ ਜਿਹੜਾ ਹੈਗਾ ਅਲੱਗ-ਅਲੱਗ ਤਰੀਕੇ ਦੇ ਪਲੇਅਰ ਵਿੱਚ ਆਉਣੇ ਸ਼ੁਰੂ ਹੋ ਜਾਂਦੇ ਕਈ ਵਾਰੀ ਕਿਸਾਨਾਂ ਤੋਂ ਖਾ ਵੀ ਹੋ ਜਾਂਦਾ ਹੈ ਤੇ ਬਾਕੀ ਜਦੋਂ ਅਸੀਂ ਇੱਕ ਨਵੀਂ ਵੈਰਾਈਟੀ ਆਪਣੇ ਖੇਤ ਚ ਲਾਉਣੇ ਹੈ ਸਾਨੂੰ ਪੂਰਨ ਤੌਰ ਤੇ ਨਹੀਂ ਪਤਾ ਹੁੰਦਾ ਕਿ ਇਸ ਵੈਰਾਈਟੇ ਨੂੰ ਕਦੋਂ ਮੈਂ ਖਾਦ ਪੂਰੀ ਕਰਨੀ ਸੀ ਕਦੋਂ ਪਾਣੀ ਲਾਉਣਾ ਸੀ ਇਸ ਸੋਰਟ ਨੂੰ ਕੀ ਕੀ ਕਿਵੇਂ ਕਰਨਾ ਹੈ ਤਾਂ ਪਹਿਲੇ ਸਾਰ ਅਸੀਂ ਘੱਟ ਏਰੀਆ ਲਾਵਾਂਗੇ ਘਰ ਦਾ ਵੀ ਬਣਾਵਾਂਗੇ ਨਾਲ ਹੀ ਉਹ ਬਾਰੇ ਸਿੱਖਾਂਗੇ ਤਾਂ ਫਿਰ ਵੱਧੋਂ ਪੈਸੇ ਕਮਾਵਾਂਗੇ ਧੰਨਵਾਦ ਦੋਸਤੋ